ਓ ਗਾਇਸ ਕੀ ਹਾਲ ਚਾਲ, ਸਵਾਗਤ ਕਰਦੇ ਫਿਰ ਤੋਂ ਅੰਮ੍ਰਿਤਸਰ ਕਾਈਟ ਲਵਰ 'ਤੇ। ਅੱਜ ਦਾ ਇਹ ਕੱਲ੍ਹ ਵਾਲਾ ਤੁਸੀਂ ਪਹਿਲਾਂ ਵਲੋਗ ਵੇਖਿਆ ਹੋਣਾ, ਆ ਗੁੱਡੇ ਨੇ ਡਾਇਆ, ਖੂਨ ਵੀ ਲੱਗਾ ਹੋਇਆ, ਚੈੱਕ ਕਰੋ। ਹੁਣ ਫਿਰ ਪੇਚੇ ਜਾਣਗੇ, ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਕਰਕੇ ਫਿਰ ਪੇਚਾ, ਅਤੇ ਆਇਓ ਫਿਰ ਤੁਹਾਨੂੰ ਕੋਠੇ 'ਤੇ ਦਿਖਾਉਂਦੇ ਹਾਂ। ਅੱਜ ਅੱਬੀ ਦੇ ਕੋਠੇ ਡੋਲ ਲੱਗੇ ਹੋਣਾ, ਪੇਚਾ ਲੱਗੇ ਆਇਆ ਉੱਦਾਂ। ਓ ਵਾਹ ਵੇ, ਅੱਜ ਵੀ ਆਪੇ ਉੱਡਦੀ ਆ। ਕਰੋ ਹਵਾ ਕਿੱਦਾਂ ਦੀ, ਗੋਲ ਮੋਲ ਗੁੱਡੀ ਕਿੱਧਰ ਜਾਂਦੀ, ਕਿੱਧਰ ਦੀ ਗੁੱਡੀ? ਇਹ ਕੱਲ ਵਾਲਾ ਗੁੱਡਾ ਆਪਣਾ, ਕੱਲ ਵੇ ਹੈ ਪੇਚਾ ਬੜਾ ਸ਼ਾਨਦਾਰ ਵੱਜਿਆ ਸੀ ਨਾ ਗਿੱਲ। ਲਾ ਲੈਂਦੇ ਹਨਾ, ਲਾ ਲਈਏ ਫੇਰ ਹੀ ਉਹਨਾਂ ਨੂੰ, ਫੇਰ ਹੀ ਪੇਚਾ ਮਾਰਦੇ ਇੱਥੋਂ। ਅਤੇ ਅੱਜ ਇੱਕ ਹੋਰ ਬੰਦੇ ਨੂੰ ਫੋਨ ਕਰਕੇ ਪੇਚਾ ਲਵਾਉਣਾ ਉਹਨਾਂ, ਉਹਨੂੰ ਫੋਨ ਕਰਦੇ ਅੱਜ ਇੱਧਰ ਦੀ ਹਵਾ ਹੈਗੀ ਆਇਆ ਫਿਰ। ਹਾਂ, ਬਾਕੀ ਹਵਾ ਬੜੀ ਤਗੜੀ ਹੈ। ਕੁਣੀ ਇਸ਼ਾਰੇ ਨਾ ਮੰਨਦੀ ਵੀ ਚੈੱਕ ਕਰੋ। ਚੈੱਕ ਕਰੋ, ਬਾਕੀ ਤੁਹਾਨੂੰ ਪੇਚਾ ਵੀ ਦਿਖਾਉਂਦੇ ਹੈ ਲਾ ਕੇ ਫਿਰ ਤੁਹਾਨੂੰ। ਲੋ ਹੈ ਵੀ ਭਾਈ ਨੇ ਲਾਇਆ, ਫਿਰ ਪੇਚਾ ਗੁੱਡੇ ਹੋਣ ਲੱਗੇ। ਉਹ ਲੈ ਫੜੋ ਮੇਰੇ ਨੇ, ਫੜੋ ਮੇਰੇ ਨੇ, ਉਹ ਉੱਧਰ ਪੇਚਾ ਜਾਏ। ਇਹ ਮੇਰਾ ਫੋਨ ਆ ਜ਼ੂਮ ਆਪਣਾ ਫੇਰ ਤਣਿਆ ਗਿਆ, ਗੁੱਡਾ ਤਣਿਆ ਗਿਆ ਜੀ ਆਪਣਾ, ਕਿਲਵਾ ਗੁੱਡਾ ਤਣਿਆ ਗਿਆ, ਤਣਿਆ ਗਿਆ ਪੇਚਾ, ਪੈ ਪੇਚਾ ਲੱਗਾ ਹੈ ਕਿਲਵਾ ਕਿਰੀ। ਅੜੀ ਇਹੋ ਦੇ ਪਈ ਮੁੜੇ ਹੋਏ ਨੇ, ਵੇਖੋ ਕੀ ਕਰਦੇ ਜਾਂ ਲੱਸੀ ਕਰਾਉਂਦੇ। ਗੁੱਡਾ ਪ੍ਰੋਪਰ ਹੈ, ਉਹਦਾ ਥੱਲੇ ਘੁੰਮਦਾ ਪਿਆ ਵਾ, ਵੱਲ ਪਏ ਦੋ ਤਗੜੇ ਤਗੜੇ ਵੱਲ ਪਏ ਹੋਏ, ਮਜ਼ਾ ਦੀਆਂ ਨਹੀਂ ਤਗੜੇ ਵੱਲ ਪਏ। ਉਹਨੇ ਰੋਕਤੀ ਰੋਕਤੀ ਡੋਰ, ਰੋਕਤੀ ਰੋਕਤੀ ਡੋਰ, ਆਪਣਾ ਕਮਾ ਗੁੱਡਾ ਕਮਾ। ਇਹ ਮਤਲਬ ਕੀ ਘੁੰਮਦਾ ਪਿਆ, ਕੀ ਘੁੰਮਦੇ ਪਏ? ਪੇਚੇ ਲੱਗਾ ਹੋਇਆ, ਪੇਚਾ ਇਹ ਨਾ ਸਮਝੀ ਨਹੀਂ ਲੱਗਾ, ਪੇਚਾ ਲੱਗਾ ਹੋਇਆ ਜੀ, ਵੱਲ ਪੈਣ ਦੇ ਪੇਚਾ ਲੱਗਾ ਵਾ। ਉਹ ਗਿਆ ਹੀ ਗਿਆ ਵੱਡੇ ਫੇਰ ਝੜਕਾ।
ਆ ਮਮਾ ਫੋੜੀ ਬੜੀ ਸਲੱਖਣੀ ਹੈਗੀ ਭਰਾ ਮੇਲੇ ਲੋਕ ਚ ਵੀ ਇੰਨੇ ਨਾ ਲੱਗਾ ਇਹੀ ਫੋੜੀ ਨਾ ਚਲੋ ਕੋਈ ਨਾ ਫੇਰ ਕਰਦੇ ਪਿੱਛੋਂ ਵੀ ਨਾ ਫੇਰ ਕਰਦੇ ਆ ਹੁਣ ਤੁਸੀਂ ਗੁੱਡਾ ਲਾਓ ਸਿੱਖਰਾਂ ਦੇ ਗੁੱਡਾ ਲੱਗਾ ਹੋਇਆ ਜੀ ਉਹ ਚੈੱਕ ਕਰੋ ਉਹ ਗੁੱਡਾ ਜੀ ਆਪਣਾ ਦੇ ਹੁਣ ਇੱਧਰ ਲੱਗੇ ਹੋਏ ਵੀਰ ਭਰਾ ਆਪਣੇ ਉਹ ਵੇ ਉੱਧਰ ਆਪਣਾ ਵੀ ਉਹ ਵੇ ਗੁੱਡੇ ਆਉਣ ਤੇ ਕਹਿੰਦਾ ਉੱਡਿਆ ਆ ਜੀ ਆ ਰਹੀ ਆ ਨਾ ਲਾਲਾ ਭਰਾ ਹੁਣ ਆ ਗਿਆ ਜੀ ਆਪਣੇ ਵੱਲ ਆ ਗਿਆ ਜੀ ਆਪਣੇ ਵੱਲ ਹੀ ਓਏ ਮੇਰਾ ਵੀ ਕਿਹੜਾ ਹੈਗਾ ਕੋਈ ਗੁੱਡਾ ਨਾ ਫੜੇ ਆ ਗੁੱਡਾ ਮੇਰੇ ਵੱਲ ਆਉਣ ਦਿਆ ਜੇ ਯਾਰ ਗੁੱਡਾ ਜੇ ਉਹ ਭਰਾ ਵੋ ਨੀ ਡੇਦਾ ਆਵੇ ਫੜਾ ਆ ਵੀ ਆ ਗਿਆ ਨਾਲੇ ਭੱਜਾ ਗੁੱਡਾ ਨਾ ਖਿੱਚੀ ਮੇਰੀ ਗੱਲ ਸੁਣਨਾ ਗੁੱਡਾ ਵੇਖ ਲਓ ਆ ਗਿਆ ਇੱਧਰੋਂ ਡੋਰ ਵੇਖੋ ਡੋਰ ਚੈੱਕ ਕਰੋ ਬਾਕੀ ਆਉਣ ਦੀ ਗੁੱਡੀਆਂ ਲੈ ਹੋਰ ਵੀ ਉੱਧਰ ਬਾਕੀ ਨਜ਼ਾਰੇ ਐਵੇਂ ਤੇਰਾ ਹੱਥੋਂ ਨੀ ਜਾਣ ਦਿੰਦੇ ਟੈਨਸ਼ਨ ਨਾ ਲੈ ਜੋੜਾ ਫਿਰ ਮੁੜੇ ਆ ਜੀ ਵੇਖੋ ਤਿਆਰੀ ਕਰਨ ਦੇ ਹਾਲੇ ਹੋਰ ਕੀ ਲਿਆ ਭਰਾ ਕੀ ਕਰਦਾ ਮੈਂ ਗੱਟੂ ਸਹੀ ਨੀ ਹੋਇਆ ਟੈਨਸ਼ਨ ਨੀ ਉਹ ਵੀ ਨੇ ਵੱਡੇ ਸਾਡਾ ਹੁਣ ਜਿਹੜਾ ਪਹਿਲਾਂ ਆਪਾਂ ਵੱਡਿਆ ਚਲੋ ਹੌਸਲਾ ਰੱਖੋ ਹੌਸਲਾ ਰੱਖੋ ਉਧਰੋਂ ਭਰਾ ਮਾਂ ਮੇਟ ਮਾਰਤੀ ਬੱਚੇ ਦੇ ਲੜਾਈ ਸਾਡੀ ਤੇ ਮਾਮਾ ਆ ਗਿਆ ਵਿੱਚ ਭਾਪਾ ਮੇਰਾ ਚੜਿਆ ਕੋਠੇ ਤੇਰੀ ਧੀ ਦੀ ਉਹ ਤੂੰ ਐਵੇਂ ਤੀਜੇ ਥਾਂ ਹੀ ਓਹੋ ਇਸ਼ਕਾ ਦਾ ਓ ਜੀ ਪੇਚਾ ਕਰੂਗਾ ਹੁਣ ਪਰੀਅਲ ਤੇ ਪਰੀਅਲ ਚਾਹੂਗਾ ਫਿਰ ਪੇਚਾ ਤੇ ਪਰੀਅਲ ਕੀ ਦਾ ਹਾਂ ਵੇਖ ਲੈ ਕੇ ਜਾਂਦਾ ਕਿ ਨਹੀਂ ਜਾਂਦਾ ਏਦਾਂ ਘਾਟਾ ਲੈ ਓਏ ਪਿੱਛੇ ਹੋ ਜਾ ਥੋੜੀ ਜਗ੍ਹਾ ਦਿਓ ਨਾ ਜੋਦੇ ਨੂੰ ਜਗ੍ਹਾ ਦਿਓ ਨਾ ਆਪਣਾ ਹੁੰਦਾ ਕਿ ਨਹੀਂ ਗੁੱਡੀ ਸੈੱਟ ਹੀ ਰੱਖੀ ਆ ਆਪਾਂ ਸਾਰੀ ਘੈਂਟ ਤੋਂ ਘੈਂਟ ਗੁੱਡੀ ਰੱਖੀ ਆ ਕਿਉਂ ਥੱਲੇ ਚੈੱਕ ਕਰੋ
ਗੁੱਡਾ ਅੱਡਾ ਇੱਧਰ ਨੂੰ ਜਾ ਰਿਹਾ ਹੈ। ਬਾਕੀ ਇੱਧਰ ਇੱਧਰ ਗੁੱਡੇ ਆਉਂਦੇ ਸੀ ਅਤੇ ਇੱਧਰ ਆਪਣਾ ਇੱਧਰ ਚੈੱਕ ਕਰੋ ਗੁੱਡਾ ਰਹਿੰਦੇ ਰਹਿੰਦੇ ਤਾਣਾ ਜਾਈ ਤਾਣਾ ਜਾਈ ਬਸ ਥੱਲੇ ਰਹਿਣ ਦੀ ਹੁਣ ਚੈੱਕ ਕਰੋ ਗੁੱਡਾ ਆਪਣਾ ਦੇ ਉਹਦਾ ਗਾਇਆ ਪੇਚਾ ਹੀ ਨਹੀਂ ਲੱਗਣ ਦੇ ਹਾਲੇ ਵੇਖਦੇ ਹਾਂ ਫਿਰ ਕੀ ਮਾਹੌਲ ਚਾਲ ਆ ਚੈੱਕ ਕਰੋ ਚੈੱਕ ਕਰੋ ਯੋਂਕਾ ਹੀ ਚੱਲੂਗਾ ਇਹ ਨਾ ਨਾ ਡੋਰ ਛੱਡ ਦੇ ਡੋਰ ਉਹ ਗਿਆ ਏ ਚੈੱਕ ਕਰੋ ਲੁੱਟੀ ਪਾਰਟੀ ਪਤੰਗ ਕਹਿੰਦਾ ਭਾਜੀ ਇਹ ਭਾਜੀ ਵੱਡੇ ਬੰਦੇ ਇਹਨਾਂ ਨੇ ਪੇਚਾ ਕਰਨਾ ਲੰਬਾ 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 ਪੇਚਾ ਕਿੱਥੋਂ ਤੱਕ ਕਰਨਾ ਵਾ ਜਿੱਥੋਂ ਤੱਕ ਚੱਲ ਗਿਆ ਧਿਆਨ ਨਾ ਫਿਰ ਹੱਥ ਨਾ ਪਾੜੇ ਇਹਦਾ ਤੂੰ ਵੱਡੀ ਛੋਟੀ ਨੂੰ ਹੀ ਕਹਿਣਾ ਲੁੱਟੀ ਨੀ ਨਾ ਡਾਈ ਤੂੰ ਲੁੱਟੀ ਡਾਈ ਉਹਨੇ ਫੜਾਈ ਸੀ ਉਸ ਦਿਨ ਤੈਨੂੰ ਲਿਆ ਕੇ ਕੋਈ ਗੱਲ ਨੀ ਕੱਢ ਦੀ ਭਰਾ ਚੱਲ ਕੀ ਕਰਨਾ ਉਸਤਾਦ ਜੀ ਹੁਣੀ ਆ ਗਏ ਨੇ ਫੋਨ ਚ ਪਾਕਿਸਤਾਨ ਤੰਗ ਗਿਆ ਬਾਰੇ ਭਾਜੀ ਥੱਲੇ ਪਈ ਜੇ ਲੈ ਕੇ ਆਓ ਹੁਣ ਬੁੱਢੇ ਹੋ ਚੁੱਕੇ ਨੇ ਬਿੱਲੇ ਦੀ ਉਂਗਲ ਲੱਗਣੀ ਹੋਵੇ ਲਵਾਵਾਂਗੇ ਓਏ ਹੋਏ ਐ ਮੌਕਾ ਹੈ ਭਾਈ ਹੈ ਭਾਈ ਇਹੀ ਮੌਕਾ ਹੈ ਬਾਬਾ ਜੀ ਆ ਵੇਖੋ ਇਹ ਵਿਊ ਵਧੀਆ ਹੈ ਹਨਾ ਹੱਥ ਆ ਗਿਆ ਮੇਰਾ ਚਲ ਚਲ ਕੋਈ ਇਹਨੂੰ ਕੀ ਪਤਾ
ਕਿਆ ਨਜ਼ਾਰਾ ਹੈ ਵੀਰ ਜੀ, ਵੱਡੀ ਪਟੰਗ ਲਈ ਹੋਈ ਆਪਾਂ, ਫੋਟੀ ਵੀ ਨੀ। ਕਿਆ ਨਜ਼ਾਰਾ, ਕਿਆ ਨਜ਼ਾਰਾ, ਉਹਨੇ ਕਿਉਂ ਨਾ ਹੈਪੀ ਭਾਈ ਲੱਸੀ ਹੋ ਗਈ ਜੀ, ਹੋ ਗਈ ਜੀ ਹੈਪੀ ਭਾਈ, ਮੈਂ ਕਿਹਾ ਹੈਪੀ ਭਾਈ ਲੱਸੀ ਹੋਣ ਲੱਗੀ ਜੇ। ਉਹ ਕਿਆ ਰਿਹਾ, ਚਲੋ ਕੋਈ ਗੱਲ ਨਹੀਂ, ਨਵੇਂ ਕੱਟੋ ਨਾ ਪਟੰਗ ਲਈ ਹੋਈ ਉੱਡੀ ਗਈ, ਕੋਈ ਗੱਲ ਨਹੀਂ। ਹੁਣ ਕੋਸਾ ਪਾ ਮੋਰੇ ਹੋਏ ਨੇ, ਇੱਕ ਹੋਰ ਤਕੜੀ ਪਤੰਗ ਲਾ ਕੇ ਆਪਣੀ ਕੱਟੀ ਗਈ ਹੈ ਭਾਈ ਯਾਰ, ਕੀ ਲੰਮੀਆਂ ਕਰਨੀਆਂ ਪਤੰਗ ਯਾਰ, ਕਿੱਥੋਂ ਚੁੱਕ ਦੇਣਾ ਕੋਚ ਸਾਹਿਬ ਨੇ, ਤੁਹਾਨੂੰ ਨੀ ਪਤਾ ਇਹ ਕੋਚ ਸਾਹਿਬ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ, ਤੁਹਾਨੂੰ ਨੀ ਪਤਾ ਬਾਬੇ ਕਾੜਾ ਹੈਂਚੇ ਮਰਾਉਂ ਉਹ ਮਾਰਨ ਦਾ ਆਈ ਬੋ ਕਰਾਉਣ ਦਾ ਨਹੀਂ, ਪਰ ਹੁਣ ਕੋਚ ਸਾਹਿਬ ਆਉਂਦੇ ਸ਼ਰਟ ਤੇ ਆਪਾਂ ਵੱਢਣੀ ਵੱਢਣੀ ਆ, ਉਹ ਸਾਡੀ ਗੱਲਬਾਤ ਹੈ ਨਾ ਪੂਰੀ ਪੂਰੀ, ਆਹ ਠੁਕਵੇਂ ਗੱਲਬਾਤ ਕੋਚ ਸਾਹਿਬ ਦੀ, ਕੋਚ ਸਾਹਿਬ ਨੂੰ ਫੜ ਕੇ ਰੱਖਣਾ ਪੈਣਾ ਹੁਣ, ਕੋਚ ਸਾਹਿਬ ਦੀ ਤੰਗ ਲੱਗੀ ਹੋਈ ਹੈ, ਬਾਹੂਬਲੀ ਕਿੱਦਾਂ ਕਰੀਏ ਪੇਚਾ ਫਿਰ, ਦੋ ਤਿੰਨ ਵੱਲ ਪਾਓ, ਕਹਿੰਦਾ ਚੀਕਾ ਮਾਰੋ ਕੌਣ ਤੇ ਚੀਕਾ ਕਢਾਓ ਕੌਣ, ਹੁਣ ਕੋਸਾ ਵਾ ਮੂਰੇ ਹੋਏ ਨੇ, ਹੁਣ ਚੀਕਾ ਮਿਲਣੇ, ਹੁਣ ਆਈ ਬੋਲੀ ਚੀਕ ਭਰਾਵਾ, ਪਲੈਨ ਬਣਾਉਣੇ ਪਏ ਆ, ਮੈਂ ਤੁਹਾਨੂੰ ਕੀ ਕਿਹਾ ਕਿਹੜੇ ਕੁੱਟੇ ਬਿੱਲੇ ਉਂਗਲ ਲਵਾਣੀ ਪਈ, ਆਪਾਂ ਲਵਾਵਾਂਗੇ ਲਵਾਵਾਂਗੇ ਤੁਹਾਨੂੰ, ਤੁਹਾਡੀ ਵੱਡੀ ਯਾਰੀ ਆ ਯਾਰ, ਤੇਰਾ ਇੱਕ ਵੱਡਾ ਫੈਨ ਹੈਗਾ ਨਾ ਸਾਹਮਣੇ, ਉਹਨੂੰ ਕਹਿ ਆਪਣੀ ਉਂਗਲਧਾਰੀ ਦੇ ਦੇ, ਇੱਧਰ ਆ ਇੱਧਰ ਆਓ, ਹੋ ਜੇ ਉਹ ਜੈਕਟ ਪਾਉਣ ਦਿਆ, ਓਏ ਆਪਣੀ ਉਂਗਲਧਾਰੀ ਦੇ ਦੀ, ਆਪਣੀ ਉਂਗਲ ਵੱਡੀ ਚੱਲੀ ਇੱਧਰ, ਉਂਗਲਧਾਰੀ ਦੇ ਦੀ, ਓ ਆਂਦਾ ਲੈ ਲੋ ਕਹਿੰਦਾ ਲੈ ਲੋ ਭੇੜ ਕਰ ਲੈ ਜਾਣ ਦੀ, ਜੋਦੇ ਜੋਦੇ ਜੋ ਦਿਨ ਚੋਕੇ ਜੋਦੇ ਜੀ, ਬਸ 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 ਠੀਕ ਆ ਜਿੱਦਾਂ ਤੂੰ ਜਾਣ ਦੇ ਉਦਾਂ ਉੱਦਾਂ ਹੀ ਠੀਕ ਰਹਿਣਾ ਜੀ, ਦੋ ਐਕਸ ਦੇ ਕਰਕੇ ਫਿਰ ਮਾੜੀ ਮਾੜਾ ਪੀਚਾ ਹੁਣ ਦੇ ਕਿਹੜੇ ਕੰਨਾ ਬਣਾ, ਹੁਣ ਹੁਣ ਵੇਖ ਹੀ ਚੈੱਕ ਕਰਾਂਗੇ, ਹੁਣ ਸੀ ਥੱਲੇ ਰਹਿੰਦੇ ਥੱਲੇ ਤਾਂ ਥੱਲੇ ਰਹਿੰਦੇ ਜਾਣ, ਥੱਲੇ ਬਾਬੇ ਆਪਣੀ ਤਾਂ ਦਾ ਵੇਖ ਨਾ ਕੀ ਕਰਦੀ ਪਹਿਲਾਂ, ਭਜਨ ਬਹੁਤ ਆ ਗੁੱਡੇ ਪੇ ਚਲਾ ਚੱਲਾ ਵਾ,
ਉਹਦੇ ਵੀਰ ਨੇ ਕਰਤਾ ਲੱਗਦੀ ਨੀ ਪਈ ਹੁਣ ਮਗਰ ਪਤੰਗ ਲਾਣੀ ਆ ਉਹਨੇ ਵੀ ਇਹਨਾਂ ਨਿੱਕੀ ਪਤੰਗ ਹੋਣਾ ਬਾਬਾ ਬੇਟਾ ਵਾ ਨਿੱਕੀ ਪਤੰਗ ਚਲੋ ਜਲਦੀ 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 ਲਓ ਲਓ ਗੁੱਡੀ ਵੀ ਆਪਣੇ ਕਲਰ ਆ ਗਿਆ ਕਿਆ ਬਾਤ ਹੈ ਟਰੈਕ ਸੂਟ ਨਾਲ ਮੈਚਿੰਗ ਕਰਦੀ ਪੂਰੀ ਗੁੱਡੀ ਦੀ ਤੂੰ ਕੀਤਾ ਮੈਂ ਥੋੜੀ ਕੀਤਾ ਭਰਾ ਬੇਇੱਜ਼ਤੀ ਕਾਹਦੀ ਹੋਣੀ ਆ ਵੱਢ ਕੇ ਵੀ ਆਈ ਨਾ ਝੰਡਾ ਨਾ ਗੜੀ ਨਾ ਹੋਵੇ ਤੂੰ ਤੂੰ ਵੱਢ ਕੇ ਆਏਗਾ ਇੰਨਾ ਤੇਰੇ 'ਤੇ ਭਰੋਸਾ ਥੋੜ੍ਹਾ ਜਿਹਾ ਹੈਗਾ ਮੈਨੂੰ ਜੇ ਵਢਾ ਗਿਆ ਤਾਂ ਫਿਰ ਸਮਝ ਲਾ ਲਾਹਨਤੀ ਤੇਰੇ 'ਤੇ ਗੁੱਡਾ ਫੜ ਲਿਆ ਵਾ ਪਤੰਗ ਨੂੰ ਉਂਗਲੀ ਆ ਗੁੱਡਾ ਨਵੇਂ ਗੁੱਡੇ ਦਾ ਕੀ ਹਾਲ ਕੀਤਾ ਯਾਰ ਕੀ ਕਰੀਏ ਯਾਰ ਵੈਸੇ ਦਿਲ ਕੀਤਾ ਪਤੰਗ ਉਂਗਲੀਏ ਚੱਲੀ ਪਤੰਗ ਥੱਲੇ ਚੱਲ ਜਾ ਥੱਲੇ ਚੱਲ ਜਾ ਪੇਪਰ ਆ ਬੜਾ ਪੇਪਰ ਆ ਵਾ ਪੜਾ ਰੂਮੀ ਨੇ ਮੈਂ ਵਾ ਮੈਂ ਕਿਹਾ ਤੰਦ ਵੇਖ ਲਓ ਚਾਹੀਦੀ ਆ ਤੈਨੂੰ ਕਿਹਾ ਮੈਂ ਵੀ ਪਤੰਗ ਦਿੰਦੇ ਅਗਲੇ ਘਰੇ ਆਉਂਦੇ ਵੜਦੇ ਤੇ ਖੇਚਲ ਰੋਟੇ ਹੋਵੇ ਹਾਂ ਤੇ ਫਿਰ ਟੀਲਾ ਹੀ ਹੋਣੇ ਆ